ਕੌਣ? ਵਾਲੇਕੁਮ ਕੀ ਸਲਾਮ। ਹਾਲ ਚਾਲ ਹੈ ਭਾਈ ਜਾਨ? ਸ਼ੁਕਰ ਅੱਲਾਹ ਦਾ ਭਾਈ ਕੀ ਜੀ, ਨਾਮ ਹੈ ਭਾਈ ਜਾਨ ਆਪਣਾ? ਮੇਰਾ ਨਾਮ ਹੈ ਜੀ ਸਦਾਮ ਹੁਸੈਨ। ਤੇ ਆਪਣੀ ਆੜਤ ਦਾ ਕੀ ਨਾਮ? ਹਸਨ ਉਲ ਆਲ ਟ੍ਰੇਡਰ। ਅੱਛਾ, ਮੈਨੂੰ ਦੱਸਿਓ ਕਣਕ ਮਾਸ਼ਾਅੱਲਾ ਆ ਜੀ, ਮੰਡੀ 'ਚ ਰੌਣਕ ਲੱਗੀ ਹੋਈ ਕਣਕ ਦੀ। ਹਾਂਜੀ ਹਾਂਜੀ, ਕੀ ਰੇਟ ਸ਼ੇਟ ਚੱਲਦਾ? ਰੇਟ ਜਿਹੜੀ ਗੌਰਮੈਂਟ ਦਾ ਰੇਟ ਉਹ ਤੇ 3900 ਰੁਪਿਆ ਵਾ, ਲੇਕਿਨ ਗੱਲਾ ਮੰਡੀ ਦੇ ਵਿੱਚ ਭਾਈ ਜਾਨ ਕਣਕ ਵਿਕਰੀ ਹੈ, ਅੱਛੀ ਕਣਕ 3600 ਰੁਪਿਆ, ਉਸ ਤੋਂ ਜਿਹੜੀ ਹਲਕੀ ਕਣਕ ਆ ਉਹਦਾ ਰੇਟ ਆ 3400-3500। ਐਤਕੀ ਕਣਕ ਦੀ ਬਹੁਤ ਕਾਸ਼ਤ ਜ਼ਿਆਦਾ ਵਾ ਜੀ, ਬਹੁਤ ਜ਼ਿਆਦਾ ਕਾਸ਼ਤ ਆ ਕਣਕ ਦੀ, ਇਸ ਵਾਸਤੇ ਨਾ ਮਾਰਕੀਟ ਡਾਊਨ ਆ। ਇਹ ਤਕਰੀਬਨ ਇਹ 3500-3600 ਰੁਪਏ ਦੇ ਰਹੇਗੀ, ਆਊਟ ਸੀਜ਼ਨ ਹੋ ਜਾਏਗਾ ਜਦੋਂ ਉਸ ਟਾਈਮ ਉੱਤੇ ਜਾ ਸਕਦੀ ਹੈ। ਨਹੀਂ, ਘਰਾਂ ਵਾਲੇ ਖਰੀਦਦੇ ਪਏ, ਹਲੇ ਸਟਾਕੀਆਂ ਸਟੂਕੀਆਂ ਨਹੀਂ ਖਰੀਦਦੇ ਪਏ ਜੀ। ਨਹੀਂ ਜੀ, ਘਰ ਵਾਲਿਆਂ ਨੂੰ 3500-3600 ਰੁਪਇਆ ਮਿਲ ਰਹੀ ਹੈ। ਕਮਿਸ਼ਨ ਇੱਥੇ 60 ਰੁਪਏ ਮਨ ਚੱਲਦੀ ਹੈ ਜੀ। ਹਾਂਜੀ, ਪੇਮੈਂਟ ਨਗਦ ਪੇਮੈਂਟ ਆ ਜੀ, ਇੱਥੇ ਮਾਲ ਤਲਾਓ ਤੇ ਆਪਣੇ ਪੈਸੇ ਲੈ ਲਓ ਜੀ। ਹਾਂਜੀ, ਇਹ 51 ਕਿਲੋ। ਹਾਂਜੀ ਹਾਂਜੀ, ਰੇਟ ਇਹ ਤਾਂ ਜਦੋਂ ਆ ਮਹੀਨਾ ਡੇਢ ਮਹੀਨੇ ਬਾਅਦ ਗਿਆ ਕਣਕ ਖਤਮ ਹੋ ਜਾਣੀ ਤੇ ਰੇਟ ਆਟੋਮੈਟਿਕ ਵੱਧ ਜਾਣਾ ਜੀ। ਇਹ ਕਿਸਾਨ ਨੂੰ ਵੇਚਣੀ ਚਾਹੀਦੀ, ਰੱਖ ਕੇ ਉਹਨਾਂ ਨੇ ਅਗਲੀ ਫਸਲ ਵੀ ਤੇ ਬੀਜਣੀ ਹੈ ਜੀ। ਠੀਕ ਹੈ ਜੀ।